ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਨਵੇਂ ਬਲੌਗ ਵਿੱਚ ਸਵਾਗਤ ਹੈ ਜੀ ਤੁਹਾਡਾ। ਅੱਜ ਆਪਾਂ ਲੈ ਕੇ ਆਉਣਾ ਮਹਿੰਦਰੇ ਦਾ ਵੀ ਪਾਂਪਰ ਤਿਆਰ ਆ ਜੀ ਆਪਣਾ ਸਾਰਾ ਜੀ। ਹਾਂਜੀ ਲਓ ਜੀ ਆਪਣਾ ਇੱਧਰਲੀ ਸਾਈਡ ਵੀ ਸਾਰੀ ਰੈਡੀ ਹੈ ਜੀ। ਆਹ ਦੇਖੋ ਬੁਸ਼ ਪਾ ਤੇ ਜੀ, ਮਹਿੰਦਰਾ ਪੂਰਾ ਤਿਆਰ ਆ। ਬਸ ਹੁਣ ਆਪਾਂ ਗ੍ਰੈਂਡ ਕਰਾਂਗੇ ਇਹਨੂੰ, ਸਵਰਾਜ ਦਾ ਵੀ ਕੰਮ ਚੱਲ ਰਿਹਾ ਵਾ ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਜੀ ਨਾਲ। ਅਤੇ ਆਪਾਂ ਨਾ ਇੱਕ ਦੇਖੋ ਇਹਦੇ ਸਿਸਟਮ ਕਰਿਆ ਸ਼ੋਅ ਵਾਲਾ, ਇੱਥੋਂ ਨਾ ਆਪਾਂ ਟੇਪਰ ਮਾਰਤੀ ਸ਼ੋਅ, ਜਾਣੀ ਇਹਦੇ ਨਾਲ 1 ਇੰਚ ਦਾ ਫਰਕ ਰਹੂਗਾ ਇੱਥੇ ਤੱਕ। ਯਾਨੀ ਕਿ ਆਪਾਂ ਆਟਨੀ ਸ਼ੀਟ ਲਾਈ ਹੈ ਕਿ ਬਰਾਬਰ ਹੀ ਰੱਖਤਾ, ਯਾਨੀ ਕਿ ਸ਼ੋਅ ਜਮ੍ਹਾਂ ਨਹੀਂ ਟੱਚ ਹੁੰਦੀ ਹੈ ਜੀ। ਅਤੇ ਇਹ ਦੇਖੋ 28 ਇੰਚ ਲੰਮਾ ਹੋ ਗਿਆ ਜੀ, ਇਹਦਾ ਵੇਟ ਹੋ ਜਾਣਾ 75-80 ਕਿਲੋ ਹੋ ਜਾਣਾ ਜੀ ਇਹਦਾ। ਆਹ ਕੁਆਂਟਲ, 1 ਕੁਆਂਟਲ ਦਾ ਹੋ ਜਾਣਾ ਜੀ ਸਵਰਾਜ ਦਾ, ਵੀਰੇ ਨਹੀਂ ਲੱਗਿਆ ਕਾਰਨ ਇਹਨੂੰ ਵੀ ਤਿਆਰ। ਹੁਣ ਹੁੱਕ ਵੀ ਲੱਗ ਚੁੱਕੀ ਆ, ਇਹਦੀ ਹੁੱਕ ਰਹਿ ਗਈ ਅਤੇ ਆਪਣਾ ਜੀ ਗਰੈਂਡਿੰਗ ਰਹਿ ਗਿਆ, ਹੁਣ ਉਹ ਕਰ ਦੇਣਾ ਆਪਾਂ ਅਤੇ ਉਹ ਕਰਕੇ ਫਿਰ ਆਪਾਂ ਤੁਹਾਨੂੰ ਅੱਗੇ ਦਿਖਾਉਂਦੇ ਜੀ ਨਾਲ। ਹਾਂਜੀ ਲਓ ਵੀਰ ਜੀ, ਬੰਪਰ ਹੋ ਗਿਆ ਜੀ ਰੈਡੀ, ਝੁੰਡੇ ਵਾਲੇ ਪੈਪ ਵੀ ਲੱਗ ਚੁੱਕੇ ਆ ਦੇਖੋ ਜੀ, ਸਾਰੀ ਪੂਰੀ ਤਿਆਰੀ ਹੋ ਗਈ ਜੀ। ਹੁਣ ਆਪਾਂ ਲੱਗਿਆ ਇਹਨੂੰ ਖੋਲ੍ਹਣ, ਖੋਲ੍ਹ ਕੇ ਜੀ ਹੁਣ ਆਪਾਂ ਇਹਨੂੰ ਲੈ ਗਏ ਰੰਗ ਅਤੇ ਉੱਧਰ ਗ੍ਰੈਂਡ ਹੋ ਚੁੱਕਿਆ ਵਾ, ਆਪਾਂ ਹੁਣ ਖੋਲ੍ਹਣ ਲੱਗਿਆ। ਸੁਨੀਲ ਉੱਧਰਲੀ ਸਾਈਡ ਵੀ ਨਾ ਢਿੱਲੇ ਕਰ ਲਈ ਅਤੇ ਖੋਲ੍ਹ ਕੇ ਜੀ ਆਪਾਂ ਇਹਦੂ ਬਾਅਦ ਤੋਂ ਬਾਅਦ ਹੁੱਕ ਵੀ ਲਾ ਦਈਏ ਇਹਨੂੰ ਦੇਖੋ। ਅਤੇ ਖੋਲ੍ਹ ਕੇ ਆਪਾਂ ਇਹਨੂੰ ਹੁਣ ਕਰਾਂਗੇ ਜੀ ਰੰਗ, ਰੰਗ ਕਰਕੇ ਤੁਹਾਨੂੰ ਦਿਖਾਉਂਦੇ ਹਾਂ। ਇੱਕ ਸਲਾਂਸਰ ਵਿੱਚ ਵੀ ਨਾ ਆਪਾਂ ਜਾਲੀ ਪਾਉਣੀ ਆ, ਇਹਦੀ ਆਵਾਜ਼ ਬਾਹਲੀ ਕਰਦਾ, ਕੱਢ ਕੇ ਰੂ ਆਪਾਂ ਪਾਵਾਂਗੇ ਜਾਲੀ। ਅਤੇ ਉਸ ਤੋਂ ਬਾਅਦ ਬਸ ਤਿਆਰ ਆ ਹਾਰਨ ਨੇ ਨਾ ਜਿਹੜੇ ਥੱਲੇ ਲੱਗਣੇ ਆ, ਆਹ ਦੇਖੋ ਜੀ ਹਾਰਨ ਵੀ ਤਿਆਰ ਕਰੇ ਪਏ ਆ। ਇਹ ਆਪਾਂ ਉੱਥੇ ਲਾਵਾਂਗੇ ਬਾਅਦ 'ਚ ਦੇਖ ਕੇ ਸੈੱਟ ਕਰਕੇ, ਜਿੱਥੇ ਵੀ ਲੋਕੇਸ਼ਨ ਸਹੀ ਆਊਗੀ। ਅਤੇ ਬਾਕੀ ਇਹਦਾ ਵੀ ਕੰਮ ਚੱਲਦਾ ਜੀ ਨਾਲ ਹੀ। ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਜੀ ਅੱਗੇ, ਹੁਣ ਗ੍ਰੈਂਡ ਹੋ ਗਿਆ, ਹੁਣ ਰੇਗਮਾਰ ਵੀ ਹੋ ਗਿਆ, ਹੁਣ ਆਪਾਂ ਕਰਨਾ ਰੰਗ ਇਹਨੂੰ, ਹੁਣ ਰੰਗ 'ਤੇ ਲੈ ਕੇ ਜਾਂਦੇ ਹਾਂ। ਦੇਖੋ ਜੀ ਇਹਦੇ ਅੰਦਰ ਬੁਸ਼ ਪਾ ਦਈਏ, ਬੁਸ਼ ਪਾ ਕੇ ਬਾਹਰ ਕੱਢ ਲਈਦਾ ਵਾ ਆਪਾਂ ਉਹ, ਅਤੇ ਉਹਦੇ ਨਾਲ ਫਿਰ ਆਏ ਹਾਂ ਫਿਰ ਸ਼ੋਰ ਹੀ ਨਾਲ ਲੱਗਦੀ। ਦੇਖਿਓ ਜੀ ਕਿੱਦਾਂ ਲੱਗਿਆ, 28 ਇੰਚ ਲੰਮਾ ਜੀ ਇਹ ਦੇਖੋ ਜੀ। ਹਾਂਜੀ ਲਓ ਵੀਰ ਜੀ, ਬੰਪਰ ਹੋ ਗਿਆ ਤਿਆਰ ਮਹਿੰਦਰੇ ਦਾ, ਆਪਾਂ ਕਰਤਾ ਜੀ ਰੰਗ ਅੰਦਰਲੀ ਸਾਈਡ, ਹੁਣ ਦੂਸਰੀ ਸਾਈਡ ਕਰਨ ਲੱਗੇ ਹਾਂ। ਵੇਟ ਕਰੋ ਜੀ ਚੈੱਕ ਇਹਦਾ, 88 ਕਿਲੋ 200 ਗ੍ਰਾਮ ਵੇਟ ਹੋਇਆ ਜੀ ਇਹਦਾ ਮਹਿੰਦਰੇ ਦਾ, ਹਲੇ ਹਾਰਨ ਵਾਲਾ ਐਂਗਲ ਲੱਗਣਾ ਵਾ। ਅਤੇ ਬਾਕੀ ਤੁਸੀਂ ਆਹ ਦੇਖੋ ਜੀ ਸਾਰਾ ਰੰਗ ਕਰਨ ਲੱਗਿਆ ਜੀ, ਰੰਗ ਕਰਕੇ ਫਿੱਟ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਜੀ। ਹਾਂਜੀ ਲਓ ਜੀ ਵੀਰ ਜੀ, ਸਲਾਂਸਰ ਵਿੱਚ ਵੀ ਆਪਾਂ ਫਿਲਟਰ ਪਾ ਤਾ, ਹੁਣ ਆਵਾਜ਼ ਬਹੁਤ ਚੇਂਜ ਹੋ ਗਈ ਅੱਗੇ ਨੂੰ ਘੱਟ ਗਈ। ਅਤੇ ਬੰਪਰ ਰੰਗ ਹੋ ਗਿਆ ਜੀ ਦੇਖੋ ਸਾਰਾ, ਉੱਪਰਲੀ ਸਾਈਡ ਰਹਿੰਦੀ ਔਨ ਕਰ ਦੇਣਾ, ਅਤੇ ਹੁਣ ਆਪਾਂ ਫਿਟਿੰਗ ਕਰਨਾ ਜੀ ਇਹਨੂੰ, ਫਿੱਟ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਜੀ। ਟਰੈਕਟਰ ਲਿਆਂਦਾ ਜੀ ਨੇੜੇ ਆਪਾਂ, ਅਤੇ ਸਲਾਂਸਰ 'ਚ ਫਿਲਟਰ ਪਾ ਤਾ ਜੀ, ਪੂਰਾ ਵਧੀਆ ਬਣ ਗਈ ਆਵਾਜ਼, ਐਨ ਪੂਰੀ ਓਕੇ ਹੋ ਗਈ, ਪਹਿਲਾਂ ਬਾਹਲੀ ਆਵਾਜ਼ ਕਰਦਾ ਸੀ। ਅਤੇ ਚਲੋ ਜੀ ਠੀਕ ਆ ਜੀ, ਹੁਣ ਬੰਪਰ ਰੰਗ ਕਰਦੇ ਹਾਂ ਜੀ, ਫਿਰ ਮਿਲਦੇ ਹਾਂ ਜੀ। ਹਾਂਜੀ ਲਓ ਵੀਰ ਜੀ, ਬੰਪਰ 'ਤੇ ਲਾਉਣ ਲੱਗੇ ਆਪਣਾ ਸਟਿੱਕਰ, ਦੇਖੋ ਟਰੈਕਟਰ ਹੋ ਗਿਆ ਜੀ ਤਿਆਰ, ਹੁਣ ਬੰਪਰ 'ਤੇ ਸਟਿੱਕਰ ਲਾਉਂਦੇ ਹਾਂ ਜੀ, ਦਿਖਾਉਂਦੇ ਹਾਂ ਜੀ ਫਿਰ ਆਪਾਂ ਤੁਹਾਨੂੰ ਅੱਗੇ ਲਾ ਕੇ ਸਟਿੱਕਰ ਜੀ। ਹਾਂਜੀ ਲਓ ਵੀਰ ਜੀ, ਟਰੈਕਟਰ ਹੋ ਗਿਆ ਤਿਆਰ, 575 DI ਮਾਡਲ ਹੈਗਾ ਜੀ 16। ਦੇਖੋ ਜੀ ਬੰਪਰ ਲਾਇਆ ਇਹਨੂੰ, 28 ਇੰਚ ਲੰਬਾਈ ਆ ਜੀ ਇਹਦੀ, 28 ਤੋਂ ਪਲੱਸ ਹੀ ਆ ਜੀ। ਅਤੇ ਬਾਕੀ ਸ਼ੋਅ ਚੱਕ ਕੇ ਦਿਖਾਉਂਦੇ ਹਾਂ ਜੀ ਤੁਹਾਨੂੰ ਨਾਲ। ਅਤੇ ਇਹਦੇ ਅੰਦਰਲੀ ਸਾਈਡ ਪਾਇਆ ਜੀ ਆਪਾਂ ਬੁਸ਼, ਦੇਖੋ ਜੀ 6 ਸੂ ਦੇ ਬੋਲਟ ਲੱਗੇ ਇਹਨੂੰ, 5 ਸੂ ਦੀ ਪਲੇਟਾਂ ਲੱਗੀਆਂ ਸਾਰੀਆਂ। ਫਰੰਟ ਹੈਗਾ ਜੀ ਇਹਦਾ 7 ਇੰਚੀ, 5 ਸੂ ਤੋਂ ਮੋਟਾ। ਬਾਕੀ ਦੇਖੋ ਜੀ ਕਿੱਦਾਂ ਲੱਗਿਆ ਤੁਹਾਨੂੰ ਟਰੈਕਟਰ, 16 ਮਾਡਲ ਆ ਜੀ, ਪਿੰਡ ਗਿੱਲਾਂ ਤੋਂ, ਗਿੱਲ ਪਿੰਡਾਂ ਦਾ ਟਰੈਕਟਰ ਆ ਜੀ ਇਹਦਾ। ਹੁਣ ਆਪਾਂ ਟਾਇਰ ਵੀ ਪਾਉਣੇ ਆ 750 ਦੇ ਜੀ ਮੂਹਰੇ, ਆਹ ਲਾ ਦੇਣੇ ਨੀਵਾਂ ਜਿਹਾ ਥੋੜ੍ਹਾ ਜਿਹਾ, ਵੀਰਾ ਕਹਿੰਦਾ ਥੋੜ੍ਹਾ ਜਿਹਾ ਉੱਚਾ ਹੋਜੂ। ਅਤੇ ਬਾਕੀ ਦੇਖਿਓ ਜੀ ਕਿੱਦਾਂ ਲੱਗਿਆ, ਦੱਸੋ ਕਮੈਂਟਾਂ 'ਚ ਦੱਸਿਓ। ਥੱਲੇ ਹੁੱਕ ਵੀ ਬਣਾਈ ਆ ਜੀ ਆਪਾਂ, ਹੁੱਕ ਉਹ ਹੁੱਕ ਲਾਈ ਆ ਜੀ ਥੱਲੇ ਕਿਤੇ ਬਾਈ ਚਾਂਸ। ਹੁਣ ਹਾਰਨ ਲਾਉਣੇ ਆ ਜੀ ਇਹਨੂੰ, ਅਤੇ ਹਾਰਨ ਲਾਉਣੇ ਆ ਜੀ ਅਸੀਂ, ਅਤੇ ਇਹਦੇ ਆਪਣੇ ਮੂਹਰਲੀ ਸਾਈਡ ਇੱਥੋਂ ਇੱਥੇ ਕ ਲਾਵਾਂਗੇ ਜੀ ਪਿੱਛੇ। ਅਤੇ ਬਾਕੀ ਸਲਾਂਸਰ ਦੀ ਆਵਾਜ਼ ਦੇਖੋ ਜੀ, ਆਪਾਂ ਫਿਲਟਰ ਪਾਇਆ ਜੀ ਵਿੱਚ, ਅਤੇ ਤੁਸੀਂ ਆਵਾਜ਼ ਚੈੱਕ ਕਰੋ ਜੀ ਪੂਰਾ ਐਨ ਓਕੇ ਕਰਤਾ ਜੀ ਸਾਰਾ। ਅਤੇ ਬਾਕੀ ਆਪਾਂ ਤੁਹਾਨੂੰ ਸ਼ੋਅ ਚੱਕ ਕੇ ਦਿਖਾਉਂਦੇ ਹਾਂ ਜੀ ਸਾਰੀ ਸੈੱਟ ਕਰਕੇ ਸ਼ੋਅ ਚੈੱਕ। ਹਾਂਜੀ ਲਓ ਜੀ ਵੀਰ ਜੀ, ਦੇਖੋ ਕਰੋ ਜੀ ਚੈੱਕ ਸ਼ੋਅ, ਦੇਖੋ ਜੀ ਵਿੱਚ ਗੈਪ ਰਹਿੰਦਾ ਜੀ ਇਹਦੇ, ਪੂਰਾ 1/2 ਇੰਚ ਦਾ ਪਾਣੀ ਦਾ ਗੈਪ ਆ ਸਿਰੇ ਤੋਂ ਸਿਰੇ ਤੱਕ, ਦੇਖੋ ਕਿਸੇ ਪਾਸੇ ਨਹੀਂ ਟੱਚ ਹੁੰਦੀ, ਸ਼ੋਅ ਪੂਰੀ ਚੱਕੀ ਗਈ। ਕਮੈਂਟਾਂ 'ਚ ਕਈ ਬੰਦੇ ਕਹਿੰਦੇ ਸ਼ੋਅ ਚੱਕ ਕੇ ਦਿਖਾਈ ਨਹੀਂ, ਸ਼ੋਅ ਕਿਵੇਂ ਖੁੱਲੂਗੀ, ਆ ਦੇਖੋ ਜੀ ਸ਼ੋਅ ਕਿਤੇ ਨਹੀਂ ਟੱਚ ਹੁੰਦੀ, ਸਾਰੇ ਪਾਸੇ ਸਪੇਸ ਆ ਅਤੇ ਪੂਰੀ ਖੁੱਲ੍ਹਦੀ ਆ ਸ਼ੋਅ। ਰੇਡੀਏਟਰ 'ਚ ਪਾਣੀ ਪਾਉਣ ਕੁਛ ਵੀ ਜਾਣੀ ਕਿ ਸਾਰਾ, ਇਹਦੇ ਢੱਕਣ ਨਹੀਂ ਹੁੰਦਾ, ਇਹ ਮਾਡਲ ਨੂੰ ਉੱਪਰ ਆਮ ਉੱਪਰ ਢੱਕਣ ਆਉਂਦਾ ਇੱਥੇ, ਇਹਨਾਂ ਮਾਡਲਾਂ ਦੇ ਨਹੀਂ ਹੁੰਦਾ। ਅਤੇ ਬਾਕੀ ਹੁਣ ਲਾਵਾਂਗੇ ਜੀ ਹਾਰਨ ਇਹਦੇ 'ਤੇ, 88 ਕਿਲੋ 200 ਗ੍ਰਾਮ ਦਾ ਹੋਇਆ ਜੀ ਬੰਪਰ ਇਹ, ਵਿਦਾਊਟ ਨਟਾਂ ਤੋਂ ਵਿਦਾਊਟ ਬੁਸ਼ਾਂ ਤੋਂ ਉਹਨਾਂ ਤੋਂ, ਯਾਨੀ 2 ਕਿਲੋ ਦੇ ਉਹ, 1.5 ਕਿਲੋ ਦੇ ਉਹ ਹੋਣਗੇ, ਬਾਕੀ ਮੰਨ ਲਓ 90 ਕਿਲੋ ਮੰਨ ਕੇ ਚੱਲੋ ਜੀ, 90 ਕਿਲੋ 'ਚ ਆਪਣਾ ਫਾਈਨਲ ਟੱਚ ਹੋਇਆ ਜੀ ਇਹ। ਅਤੇ ਇਹਦੀ ਹਾਈਟ ਰੱਖੀ ਹੈ ਜੀ ਆਪਾਂ ਲਾਈਟਾਂ ਦੇ ਬਰਾਬਰ, ਬਾਕੀ ਸਾਈਡ ਤੋਂ ਦਿਖਾਉਂਦੇ ਜੀ ਤੁਹਾਨੂੰ, ਦੇਖੋ 28 ਇੰਚ ਲੰਬਾਈ ਰਖਾਈ ਆ ਜੀ ਇਹਨਾਂ ਨੇ। ਅਤੇ ਬਾਕੀ ਟਾਇਰ ਪਾ ਦੇ ਜਦੋਂ ਥੋੜ੍ਹਾ ਜਿਹਾ ਉੱਚਾ ਹੋ ਜਾਣਾ ਜੀ ਮੂਹਰੇ ਉਹਨੇ। ਬਾਕੀ ਟਰੈਕਟਰ ਦੀ ਛਤਰੀ ਵੀ ਲੱਗੀ ਹੋਈ ਆ ਜੀ, ਦੇਖੋ ਟਰੈਕਟਰ ਬਹੁਤ ਵਧੀਆ ਬਣਾਇਆ ਹੋਇਆ ਜੀ ਇਹਨਾਂ ਦਾ, ਪਿੰਡ ਗਿੱਲਾਂ ਤੋਂ ਆ ਜੀ ਵੀਰੇ ਹੋਣੀ,
इन्हां ने अपनी इंस्टाग्राम से आई डी देखी सी, उत्तों फिर इन्होंने बंपर देख के फिर आपां नूं आर्डर दिता जी इन्हां ने तैयार करन। दो तीन दिन हो गए जी ट्रैक्टर आए नूं, ट्रैक्टर हो गया रेडी, अज्ज लैण आए आ ते हुण हारन रह गए जी कल्ले, उह हारन ला के फिर आपां ट्रैक्टर इन्हां नूं दे देणा जी। ते इक आ झंडे वाले पाइप ला गए जी, ते बाकी आ शीट आपां लाई आ थल्ले तक जी पूरी, देखो इत्थों ऐ टेपर करती जी, देखो आए नहीं कई बंदे इत्थे तक ही शीट छड़ दिंदा जी, खाली हो जाता वा वो फिर भैड़ा लगता। आपां शीट ही थोड़ी जी लम्मी मंगा के पूरी टेपर मारती जी बिच, देखो तो जाने के पूरा एन बिच तक साइड सैट हो गई, शो भी पूरी खोल दी, हुक भी लग चुकी है जी, सारा जाने के पूरा रेडी है जी। महिंद्रा 16 मॉडल है जी, ये देखो जी ट्रैक्टर। और बंपर जे किसी ने बंपर बनाउणा होवे पिंड जोधा जी, BMW ट्रैक्टर हब आ जी, चैनल अपना यूट्यूब ते संपर्क कर सकते जी। टर्बो भी लाई दिया जी आपां, छतरियां बंपर यानी सारा ही प्लेटफॉर्म सारा ही काम करीदा जी इत्थे जोधा, देख लो जी बाकी किदां लग्गिया महिंद्रा 575। दूसरी साइड भी तुहानू दिखाउणे आ जी, देखो देखो पूरा रेडी है जी सारा, बाकी रीलां पावांगे जी इहदियां, सारियां रीलां पा के तुहानू दिखाउणे आ जी, नाल दी नाल रीलां पावांगे इहदियां, पहलां भी पाईआं जी रीलां बनांदे दीआं, ते हुण आपां जाणी सारा पूरा तैयार दी बिलां पावांगे। ते बाकी चलो जी सारा ओके आ जी, चलो मिलदे आ जी फिर अगले ब्लॉग तुहानू, ते देखो जी अगले ब्लॉक च मिलते हैं सारा। तो बाकी छतरी लगी हुई सारी ये पूरा ओके होया, रिपोर्ट सारी छतरी से ऑलैंड वाला मॉडल सैंपल। तो बाकी बंपर बारे दसो जी कमेंटा किदा लगे, कमेंटा च अपनी राय दो जी। 500 का माल आ जी सारा लाया, 88-90 किलो के तैयार होया जी। चलो ठीक है जी, मिलते हैं जी अगले ब्लॉक, सत श्रीकाल जी सारे। लो वीर जी हारन भी हो गया फिट, देखो दसो किदा लगे, चारे हारन लाते जी। पहला विचार से पिछे लाउण दी, फिर जाने के चेंज करके मूहरे लाते, इत्थे देखो दस्सो जी कमेंटां च किदां लगे हारन। बाकी देखो जी महिंद्रे दा बंपर पूरा हो गया रेडी, देखो जी सारा चेक करो, चारे हारन रूट्स दे जी। बस हुण कनैक्शन करके चालू करने आ, वीर उन्हां ने हुण ट्रैक्टर लैके जाना जी, पेंट चालू करके आपां दे देणा हारन इन्हां नूं पूरे, ओके रिले ला के। तो चलो ठीक है जी, फिर मिलते हैं जी, धन्यवाद।